ਉਸੀ ਕਦੇ ਕਿਸੇ ਦੋਸਤ ਤੁਹਾਡਾ ਕੋਈ ਦੋਸਤ ਜਾਂ ਕੋਈ ਰਿਸ਼ਤੇਦਾਰੀ ਚ ਕੋਈ ਇਹੋ ਜਿਹੇ ਬੰਦੇ ਨੂੰ ਜਾਣਦੇ ਆ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਡਰੱਗ ਵੀ ਲੈਂਦਾ ਹੋਵੇ ਇਹ ਹੋ ਹੀ ਨਹੀਂ ਸਕਦਾ ਜੀ ਕੋ ਕੋਈ ਟਾਈਮ ਹੀ ਨਹੀਂ ਹੁੰਦਾ ਜੀ ਉਹ ਆਪਣੀ ਜੌਬ ਤੋਂ ਆਉਂਦਾ ਆ ਕੇ ਬੱਚਿਆਂ ਨਾਲ ਪਰਿਵਾਰ ਨਾਲ ਨਾ ਧੋ ਕੇ ਰੋਟੀ ਖਾ ਕੇ ਸੌ ਜਾਂਦਾ ਅਗਲੇ ਦਿਨ ਫਿਰ ਕੰਮ ਤੇ ਜਾਂਦਾ ਇਹ ਸ਼ੁਰੂ ਕਿੱਥੋਂ ਹੁੰਦਾ ਜਿਹੜਾ ਡਰੱਗਸ ਦਾ ਜਾਂ ਹੋਰ ਗਲਤ ਬੁਰੀ ਸੰਗਤ ਚ ਪੈਣ ਦਾ ਕੰਮ ਪੰਜਾਬੀ ਦੀ ਕਹਾਵਤ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਜਦੋਂ ਉਹ ਵੇਲਾ ਹੁੰਦਾ ਹੈ ਵੇਲੇ ਦੇ ਨਾਲ ਨਾਲ ਉਹ ਫਰਸਟ੍ਰੇਟਡ ਵੀ ਹੈ ਕਿ ਅੱਖਾਂ ਗਾਲ ਲੀਆਂ ਯਾਰ ਕਿਤਾਬਾਂ ਪੜ੍ਹ ਪੜ ਕੇ ਪੇਪਰ ਦੇ ਦੇ ਕੇ ਕੁਝ ਬਣਿਆ ਨਹੀਂ ਜ਼ਿੰਦਗੀ ਚ ਤਾਂ ਉਹਦੇ ਆਲੇ ਦੁਆਲੇ ਅਵੇਲੇਬਲ ਨੇ ਬੁਰੀ ਸੰਗਤ ਵਾਲੇ ਉਹਨਾਂ ਨੂੰ ਇਹ ਜਿਹਾ ਕਿਚਾ ਚਾਹੀਦੇ ਹੁੰਦੇ ਆ ਉਹ ਕਹਿੰਦਾ ਛੱਡ ਕੁਝ ਨਹੀਂ ਹੁੰਦਾ ਤੂੰ ਆਹ ਦੇਖ ਤੂੰ ਥੋੜਾ ਜਿਹਾ ਚੈੱਕ ਕਰਕੇ ਉੱਥੋਂ ਬਸ ਸ਼ੁਰੂਆਤ ਹੋ ਜਾਂਦੀ ਹੈ ਫਿਰ ਉਹ ਐਸਾ ਦਲਦਲ ਦੇ ਵਿੱਚ ਤਸਦਾ ਜਾਂਦਾ ਹੈ ਕਿ ਉਹ ਚੋਰੀਆਂ ਤੋਂ ਬਾਅਦ ਫਿਰ ਇੱਥੋਂ ਤੱਕ ਕਿ ਮਾਂ ਪਿਓ ਦੇ ਕਤਲਾਂ ਤੱਕ ਵੀ ਕੱਲ ਚ ਰਹੀ ਜਾਂਦੀ ਜੜ ਬੇਰਜਗਾਰੀ ਸੋ ਅਸੀਂ ਜੜ ਨੂੰ ਹੱਥ ਪਾਇਆ ਪਹਿਲਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਲੈਪਟਾਪ ਕੰਪਿਊਟਰ ਆਈਪੈਡ ਨੌਕਰੀਆਂ ਦੇ ਨਿਯੁਕਤੀ ਪੱਤਰ ਤੇ ਇੰਟਰਨੈਸ਼ਨਲ ਖੇਡ ਮੁਕਾਬਲਿਆਂ ਦੇ ਸੋਨੇ ਦੇ ਮੈਡਲ ਤੇ ਚਾਂਦੀ ਦੇ ਮੈਡਲ ਚਾਹੀਦੇ ਆ। ਉਹਨਾਂ ਦੇ ਹੱਥਾਂ 'ਚੋਂ ਟੀਕੇ ਖੋ ਕੇ ਟਿਫਨ ਫੜਾਈਏ। ਅਕਸਰ ਮੈਂ ਕਹਿਣਾ ਹੁੰਦਾ ਸੀ। ਤੇ ਅੱਜ ਤੁਹਾਡੇ ਪਰਿਵਾਰਾਂ ਦੇ ਸੁਪਨੇ ਪੂਰੇ ਹੋ ਰਹੇ ਨੇ। ਬਹੁਤ ਸਾਰੇ ਘਰਾਂ ਦੇ ਵਿੱਚ ਪਹਿਲੀ ਵਾਰ ਨੌਕਰੀ ਮਿਲ ਰਹੀ ਹੈ। ਔਰ ਮੈਰਿਟ ਦੇ ਆਧਾਰ ਤੇ ਮਿਲ ਰਹੀ ਹੈ ਕੋਈ ਕਿਸੇ ਕੋਲ ਜਾਣਤਾ ਨਹੀਂ ਪਿਆ ਜੀ ਕੋਈ ਐਮਐਲ ਲੱਭ ਕੇ ਜਾਂ ਕਿਸੇ ਮਾਮੇ ਫਫਰ ਨੂੰ ਕਹਿ ਕੇ ਕਿਤੇ ਕੋਈ ਜੁਗਾਰ ਜੂਰਤਾ ਨਹੀਂ ਕਰਨਾ ਪਿਆ ਨਾ ਕੋਈ ਪੈਸੇ ਕਿਸੇ ਨੂੰ ਦੇ ਕੇ ਵੀ ਕਰਾ ਦੇ ਕਰਾ ਦੇ ਕੰਮ ਨਹੀਂ ਕਰਨਾ ਪਿਆ ਨਾ ਦੱਸ ਦੋ ਜੇ ਹੈਗਾ ਦੇਖੋ ਨਹੀਂ ਅਸੀਂ ਕੋਈ ਵਿਤਕਰਾ ਇਸ ਇਸ ਕਿਸਮ ਦਾ ਕਰਦੇ ਆਂ ਦੇਖੋ ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਨੌਕਰੀ ਤਾਂ ਦੇ ਦਈਏ ਪਰ ਤੁਸੀਂ ਦਫ਼ਤਰ ਦੀ بجائے ਕਚਹਿਰੀ ਜਾਓ ਪਹਿਲਾਂ ਕੋਈ ਕੋਈ ਰਿੱਟ ਪਾ ਦੇਗਾ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਸਕਦਾ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਿੱਧੇ ਕੰਮ ਤੇ ਜਾਓ ਤੁਹਾਡਾ ਲੀਗਲੀ ਰਸਤਾ ਸਾਫ਼ ਕਰਨਾ ਸਰਕਾਰ ਦਾ ਫਰਜ਼ ਹੈ ਨਹੀਂ ਤਾਂ ਜੇ ਅਸੀਂ ਕਰਨਾ ਹੋਵੇ ਕੋਈ ਜੀ ਗਿਣਤੀਆਂ ਵਧਾਉਣੀਆਂ ਕਰ ਦਿਓ ਸਾਰਿਆਂ ਨੂੰ ਇਹਨਾਂ ਨੂੰ ਕੱਚਿਆਂ ਨੂੰ ਪੱਕੇ ਕਰ ਦਿਓ ਜੀ ਤੇ ਨੌਕਰੀ ਦੇਓ ਕਰ ਦਿਓ ਜੀ ਨੌਸੈਂਦੀਆਂ ਨੌਕਰੀ ਦੇ ਤੈਨੂੰ ਜਿੰਨੇ ਹੋ ਸਕਦੇ ਨੇ ਅਸੀਂ ਇਕੱਲੇ ਇਕੱਲੇ ਦਾ ਕੇਸ ਫਾਲੋ ਕਰਦੇ ਆ ਕਿ ਕਿਤੇ ਕੋਈ ਅੜਚਾ ਨਾ ਆ ਜਾਏ ਸੋ ਇਸ ਕਰਕੇ ਬਿਲਕੁਲ ਪੱਕੇ ਪੈ ਰਹੀ ਅਸੀਂ ਉਹ ਜੋਬ ਲੈਟਰ ਦਿੰਨੇ ਆ